ਹੁਣ ਤੇ ਸਿਲਵਰ ਦੇ ਭਾਂਡੇ ਵੀ ਕੋਈ ਨਹੀਂ ਲੈਂਦਾ। ਇਹ ਕਦੋਂ ਤੱਕ ਸਿਲਵਰ ਦੀ ਰਹਿਣੀ ਹੈ? ਕਲਿੱਕ ਆਲ ਨੋਟੀਫਿਕੇਸ਼ਨ ਬੈਲ ਆਈਕੋਨ ਨੂੰ ਵੀ ਫੱਦ ਲਵੋ ਤੇ ਇਹਨੂੰ ਗੋਲਡਨ ਕਰਾ ਦਿਓ। ਮੁਹੰਮਦ ਆਸਫ ਨੇ ਕਿਹਾ ਹੈ ਕਿ ਮੈਂ 14 ਲੱਖ ਮਹੀਨੇ ਤੇ ਪਾਕਿਸਤਾਨ ਵਾਸਤੇ ਕੰਮ ਕਰ ਸਕਣਾ, ਵਾਇਲ ਉਹ ਅਮਰੀਕਾ ਵਿੱਚ 56 ਲੱਖ ਰੁਪਇਆ ਮਹੀਨਾ ਲੈ ਰਹੇ ਨੇ। ਤੇ ਆਸਫ ਭਾਅ ਜੀ ਉੱਥੇ ਹੀ ਰਹੋ, ਇੱਥੇ ਨਹੀਂ ਪਤਾ ਲੱਗਦਾ ਮੁਹੰਮਦ ਜ਼ੈਦ ਕਿੱਥੇ ਗਿਆ ਤੇ ਉਹਦੀ ਜਗ੍ਹਾ 'ਤੇ ਕੌਣ ਆ ਕੇ ਬੈਠਾ ਹੋਇਆ, ਉੱਥੇ ਹੀ ਰਹੋ। ਵੀ ਆਸਫ ਭਾਅ ਜੀ ਨੇ ਕਹਿਤਾ ਕਿ ਮੈਂ ਹੁਣ ਵੀ ਬਾਬਰ ਆਜ਼ਮ ਨੂੰ ਨਾਲ ਹੀ ਮੁਹੰਮਦ ਆਸਫ ਹੋਰਾਂ ਨੇ ਇਹ ਬਿਆਨ ਦਿੱਤਾ ਕਿ ZTBL 'ਚ ਬਾਬਰ ਆਜ਼ਮ ਨੂੰ ਮੁਨਤਕ ਕਰਵਾਉਣ ਵਾਲਾ ਮੈਂ ਸਾਂ। ਇਸ ਮੌਕੇ 'ਤੇ ਮੇਰੇ ਸਾਬਕਾ ਚਾਚਾ ਜੀ ਅਤੇ ਹੁਣ ਜਨਾਬ ਆਜ਼ਮ ਸਦੀਕੀ ਸਾਹਿਬ ਦਾ ਬਿਆਨ ਮੰਜ਼ਰੇ ਆਮ 'ਤੇ ਆਇਆ ਔਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਮੁਹੰਮਦ ਆਸਫ 'ਤੇ ਕਿਸੇ ਕਿਸਮ ਦੀ ਤਨਕੀਦ ਨਾ ਕੀਤੀ ਜਾਏ। ਬਿਲਾਸ਼ੁਬਾ ਉਹ ਬਾਬਰ ਆਜ਼ਮ ਦੇ ਮੁਸਲਿਮ 'ਚ ਸ਼ਾਮਿਲ ਨੇ, ਮਗਰ ਅੱਜ ਤਾਬੀ ਤੁਹਾਨੂੰ ਬਾਬਰ ਆਜ਼ਮ ਦੇ ਵਾਲਿਦ ਸਾਹਿਬ ਦੇ ਬਾਰੇ 'ਚ ਉਹ ਹਕਾਇਕ ਦੱਸੇਗਾ ਜਿਸ ਤੋਂ ਪੂਰੀ ਦੁਨੀਆ ਬੇਖਬਰ ਹੈ। ਬਾਬਰ ਆਜ਼ਮ 'ਤੇ ਕਿਸਮਤ ਦੀ ਦੇਵੀ ਮਿਹਰਬਾਨ ਹੈ ਔਰ ਡਿਫੈਂਸ ਵੱਡਾ ਕਰ ਅਤੇ ਕੀਮਤੀ ਗੱਡੀਆਂ ਖਲੋਤੀਆਂ ਨੇ, ਮਗਰ ਕਿਆ ਬਾਬਰ ਆਜ਼ਮ ਫਿਰਦੌਸ ਮਾਰਕੀਟ 'ਚ ਕਿਸੇ ਕੱਚੇ ਕੋਠੇ 'ਚ ਰਹਿੰਦੇ ਸਨ? ਦੋਸਤੋ ਹਫ਼ਤਾ ਮਹਿਮਤਾ ਵੀ ਹਾਜ਼ਰ ਹੈ ਔਰ ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਫਨੀ ਵੀ ਹੋਏਗਾ ਔਰ ਥੋੜ੍ਹਾ ਜਿਹਾ ਹਕਾਇਕ 'ਤੇ ਵੀ ਮਬਨੀ ਹੋਏਗਾ। ਇੱਕ ਟਾਈਮ ਸੀ ਜਦੋਂ ਮੈਂ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਬੈਠਾ ਹੋਇਆ ਸਾਂ ਅਤੇ ਕੌਮੀ ਟੀਮ ਦੇ ਸਾਬਕ ਮੈਨੇਜਰ ਮਨਸੂਰ ਰਾਣਾ ਨੇ ਇੱਕ ਛੋਟੇ ਜਿਹੇ ਮੁੰਡੇ ਨੂੰ ਬੁਲਾਇਆ ਔਰ ਮੇਰਾ ਤਾਰਫ ਕਰਾਇਆ ਕਿ ਇਹ ਤਾਬੀ ਨੇ ਔਰ ਬਾਬਰ ਆਜ਼ਮ ਨੂੰ ਬੜੇ ਪਿਆਰ ਨਾਲ ਮਿਲਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਾ ਬੇਟਾ, ਔਰ ਉਹਦੇ ਜਾਣ ਤੋਂ ਬਾਅਦ ਕਿਹਾ ਤਾਬੀ ਜੀ ਇੱਕ ਗੱਲ ਯਾਦ ਰੱਖਣਾ, ਇਹ ਮੁੰਡਾ ਇੱਕ ਟਾਈਮ 'ਚ ਲੈਜੈਂਡ ਬਣੇਗਾ। ਮੈਂ ਕਿਹਾ ਲੱਗਦਾ ਤਾਂ ਨਹੀਂ ਜਿਸ ਤਰ੍ਹਾਂ ਦੀ ਇਹਦੀ ਫਜ਼ੀਕ ਹੈ। ਅਤੇ ਫਿਰ ਉਹ ਟਾਈਮ ਅਸਾਂ ਵੇਖ ਰਹੇ ਹਾਂ ਕਿ ਹਰ ਪਾਸੇ ਬਾਬਰ ਆਜ਼ਮ ਹੋ ਰਹੀ ਹੈ, ਟੀਮ ਵੀ ਬਾਬਰ ਆਜ਼ਮ ਦੀ ਮਰਜ਼ੀ ਦੀ ਮੁੰਤਖਬ ਹੋ ਰਹੀ ਹੈ। ਮਗਰ ਬੈਕ ਟੂ ਦਾ ਪੁਆਇੰਟ, ਜਦੋਂ ਬਾਬਰ ਆਜ਼ਮ ਹੋ ਰਹੀ ਫਿਰਦੌਸ ਮਾਰਕੀਟ 'ਚ ਰਹਿੰਦੇ ਸਨ ਅਤੇ ਕੱਚੇ ਕੋਠੇ 'ਚ ਨਹੀਂ ਸਨ ਰਹਿੰਦੇ, ਉਦੋਂ ਵੀ ਉਹਨਾਂ ਕੋਲ ਬੜਾ ਵੱਡਾ ਘਰ ਸੀ ਔਰ ਵਾਲਦ ਦਾ ਇੱਕ ਬਹੁਤ ਵੱਡਾ ਹਾਲ ਸੀ ਜਿਹੜਾ ਠੰਡਾ ਠਾਰ ਹੁੰਦਾ ਸੀ। ਔਰ ਪਾਕਿਸਤਾਨ ਵਿੱਚ ਬੋਲਿੰਗ ਮਸ਼ੀਨ ਜਿਹੜੀ ਮੁਤਾਰਫ ਹੋਈ ਉਹਨਾਂ ਦੇ ਬਾਨੀਆਨ 'ਚ ਵੀ ਜਨਾਬ ਆਜ਼ਮ ਸਦੀਕੀ ਸਾਹਿਬ ਜਿਹੜੇ ਨੇ ਉਹ ਸ਼ਾਮਿਲ ਨੇ। ਮਗਰ ਇਹ ਉਹ ਗੱਲ ਨਹੀਂ ਜਿਹੜੀ ਮੈਂ ਤੁਹਾਨੂੰ ਦੱਸਣੀ ਹੈ। ਜਦੋਂ ਮੈਂ ਬਾਬਰ ਆਜ਼ਮ ਦੇ ਵਾਲਦ ਸਾਹਿਬ ਨੂੰ ਚਾਚਾ ਜੀ ਕਹਿੰਦਾ ਹੁੰਦਾ ਸਾਂ, ਉਹਨੂੰ ਕਹਿੰਦੇ ਹੁੰਦੇ ਸਨ ਕਿ ਤਾਬੀ ਤੂੰ ਮੇਰੇ ਪੁੱਤਰ ਵਾਸਤੇ ਬੋਲ ਨਹੀਂ ਰਿਹਾ, ਅਤੇ ਮੈਂ ਕਹਿੰਦਾ ਹੁੰਦਾ ਸਾਂ ਚਾਚਾ ਜੀ ਇਹਦਾ ਟਾਈਮ ਨਹੀਂ ਆਏਗਾ, ਇਹਦਾ ਦੌਰ ਆਏਗਾ। ਤੁਸੀਂ ਇਸ ਗੱਲ ਦੀ ਤਸਦੀਕ ਆਜ਼ਮ ਸਦੀਕੀ ਸਾਹਿਬ ਕੋਲੋਂ ਕਰ ਸਕਦੇ ਹੋ। ਹੁਣ ਨਾ ਬਈ ਹੁਣ ਮੈਂ ਚਾਚਾ ਜੀ ਨਹੀਂ ਕਹਿਣਾ, ਮੈਂ ਤਾਂ ਹੁਣ ਅੰਕਲ ਹੀ ਕਹਿਣਾ, ਕਿਉਂਕਿ ਉਹਨਾਂ ਨਾਲ ਮਟਨ ਡਿਊ ਹੈ, ਪਤਾ ਨਹੀਂ ਕਦੋਂ ਖਵਾਉਣਗੇ ਮਟਨ ਵਾਲੀ ਕਿਹੜੀ ਗੱਲ। ਤਾਬੀ ਆਜ਼ਮ ਸਦੀਕੀ ਫਿਰਦੌਸ ਮਾਰਕੀਟ 'ਚ ਰਹਿੰਦੇ ਸਨ ਅਤੇ ਮੈਨੂੰ ਰੋਜ਼ ਕਹਿੰਦੇ ਸਨ ਕਿ ਮੇਰੇ ਘਰ ਆ, ਮੈਂ ਤੇ ਦੇਸੀ ਘਿਓ 'ਚ ਭੁੰਨਿਆ ਮਟਨ ਖਵਾਵਾਂਗਾ। ਮਗਰ ਤੁਹਾਨੂੰ ਪਤਾ ਹੈ ਨਾ ਮੈਂ ਜਾਣਾ ਔਰ ਨਾ ਹੀ ਮੈਂ ਇਸ ਤਰ੍ਹਾਂ ਦੀ ਓਬਲੀਗੇਸ਼ਨ ਲੈਣਾ। ਮੈਂ ਤਾਂ ਜਿਹੜਾ ਚੰਗਾ ਹੋਵੇ ਉਹਨੂੰ ਚੰਗਾ ਆਖਣਾ, ਜਿਹੜਾ ਬੁਰਾ ਹੋਵੇ ਉਹਨੂੰ ਬੁਰਾ ਆਖਣਾ, ਪਰ ਇਹ ਸਿਲਸਿਲਾ ਜਾਰੀ ਰਹੇਗਾ। ਮੁਹੰਮਦ ਆਸਫ ਨੂੰ ਵੀ ਅੱਜ ਕੱਲ੍ਹ ਦੀਗਰ ਖਿਲਾੜੀਆਂ ਦੀ ਤਰ੍ਹਾਂ ਟ੍ਰੈਂਡ ਵਿੱਚ ਰਹਿਣ ਦਾ ਚਸਕਾ ਪੈ ਗਿਆ ਔਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਬਿਆਨ ਆਇਆ ਹੁੰਦਾ ਔਰ ਬਿਲਾਸ਼ੁਬਾ ਉਹ ਆਪਣੇ ਟਾਈਮ ਦੇ ਬਹੁਤ ਵੱਡੇ ਬਾਲਰ ਸਨ ਔਰ ਅਗਰ 2010 ਵਾਲੀ ਯਕੀਨ ਨਾ ਹੁੰਦੀ ਤਾਂ ਸ਼ਾਇਦ ਇੰਨੀਆਂ ਵਿਕਟਾਂ ਲੈਂਦਾ, ਇੰਨੀਆਂ ਵਿਕਟਾਂ ਲੈਂਦਾ ਕਿ ਸ਼ਾਇਦ ਪਾਕਿਸਤਾਨ ਦੇ ਕਿਸੇ ਫਾਸਟ ਬੋਲਰ ਦੇ ਹਿੱਸੇ ਵਿੱਚ ਨਾ ਆਉਂਦੀ। ਪਤਾ ਕਿ ਮੁਹੰਮਦ ਆਸਫ ਦੀ ਤਬੀਅਤ ਵੀ ਥੋੜ੍ਹੀ ਜਿਹੀ ਠੜਕੀ ਹੈ, ਆਸ਼ਕਾਨਾ ਔਰ ਉਹਨਾਂ ਦਾ ਮੁਆਸ਼ਕਾ ਜਿਹੜਾ ਉਹ ਤੁਹਾਨੂੰ ਪੂਰੀ ਦੁਨੀਆ ਨੂੰ ਪਤਾ, ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ। ਆਸਫ ਨਾਲ ਮੇਰੀ ਬਹੁਤ ਲੈਵਲ ਦੀ ਫਰੈਂਕਨੈਸ ਹੈ ਔਰ ਉਹ ਫਰੈਂਕਨੈਸ ਹੈ ਜਿਹੜੀ ਗੂੜੇ ਯਾਰਾਂ ਦੇ ਵਿੱਚ ਹੁੰਦੀ ਹੈ। ਮੈਂ ਅਕਸਰ ਉਹਨਾਂ ਨਾਲ ਟੈਲੀਫੋਨ 'ਤੇ ਗੱਪ ਸ਼ੱਪ ਲਾਉਂਦਾ ਰਹਿੰਦਾ। ਮੁਹੰਮਦ ਆਸਫ ਦਾ ਇੰਟਰਵਿਊ ਲੈਣਾ ਹੁੰਦੇ ਵਾਸਤੇ ਨੋ ਪ੍ਰੋਬਲਮ, ਮੈਂ ਲੈ ਚੁੱਕਿਆ ਜਦੋਂ ਚਾਹਵਾਂ,
ਲੈ ਸਕਣਾ ਵਾ, ਮਗਰ ਮਗਰ ਹਾਲੇ ਥੋੜਾ ਟਾਈਮ ਆ ਲੈਣ ਦਿਓ ਯਾਰ। ਤਾਬੀ ਆਜ਼ਮ ਸਦੀਕੀ ਸਾਹਿਬ ਦੇ ਬਾਰੇ ਚ ਵੀ ਕੁਝ ਦੱਸ, ਇਹ ਜਿਹੜਾ ਉੱਤੇ ਲਿਖਿਆ ਹੋਇਆ ਕਿ ਬਾਬਰ ਆਜ਼ਮ ਕੇ ਵਾਲਿਦ ਹਰ ਵਾਰ ਕਾ ਤੋੜ ਜਾਣਤੇ ਹੈ। ਇਹ ਤਾਂ ਤੁਹਾਨੂੰ ਮੈਂ ਦੱਸਿਆ ਕਿ ਜਨਾਬ ਆਜ਼ਮ ਸਦੀਕੀ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਵਿੱਚ ਬੋਲਿੰਗ ਮਸ਼ੀਨ ਮੁਤਾਰਫ ਕਰਾਉਣ ਵਾਲੇ ਇਬਤਦਾਈ ਲੋਕਾਂ ਚ ਸ਼ਾਮਿਲ ਨੇ, ਮਗਰ ਉਹਨਾਂ ਨੇ ਇੱਕ ਦਫ਼ਾ ਮੇਰੀ ਕੋਈ ਸ਼ੈ ਵੇਖੀ ਤੇ ਮੇਰੇ ਬਾਰੇ ਚ ਉਹਨਾਂ ਜੋ ਹਕਾਇਕ ਦੱਸੇ ਮੈਂ ਸ਼ਿਸ਼ਤ ਰਹਿ ਗਿਆ। ਉਹਨੂੰ ਜਿਹੜੀ ਨਸੀਹਤ ਕੀਤੀ ਮੈਂ ਅੱਜ ਤੱਕ ਉਸ ਤੇ ਅਮਲ ਕਰ ਰਿਹਾ। ਨਸੀਹਤ ਕੀਤੀ ਕਿ ਆਪਣੇ ਗੁੱਸੇ ਤੇ ਕਾਬੂ ਪਾ, ਵਰਨਾ ਗੱਲ ਇੱਥੋਂ ਤੱਕ ਪਹੁੰਚ ਜਾਏਗੀ, ਯਾਨੀ ਤਾਬੀ ਪੱਖੇ ਨਾਲ ਲਟਕਿਆ ਹੋਏਗਾ। ਉਹਨਾਂ ਦਾ ਜਿਹੜਾ ਘਰ ਦੇ ਵਿੱਚ ਵੱਡਾ ਹਾਲ ਸੀ, ਉਹਦੇ 'ਚ ਵੀ ਲੋਕ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਸਨ। ਔਰ ਕਿਉਂ ਆਉਂਦੇ ਜਾਂਦੇ ਰਹਿੰਦੇ ਸਨ ਉਹ ਮੈਂ ਤੁਹਾਨੂੰ ਇਸ਼ਾਰੇ ਤੇ ਦੱਸ ਚੁੱਕਿਆ, ਹੁਣ ਸਾਰਾ ਕੁਝ ਖੋਲ੍ਹ ਕੇ ਤਾਂ ਨਹੀਂ ਮੈਂ ਦੱਸ ਸਕਦਾ, ਕਿਉਂ ਮੈਂ ਜ਼ਰੂਰ ਕਹਾਂਗਾ ਕਿ ਬਾਬਰ ਆਜ਼ਮ ਦੇ ਵਾਲਿਦ ਆਜ਼ਮ ਸਦੀਕੀ ਸਾਹਿਬ ਨੂੰ ਬਿਆਨਾਤ ਔਰ ਰਿਐਕਸ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਹਨਾਂ ਦਾ ਪੁੱਤਰ ਬੈਟ ਨਾਲ ਠੀਕ ਠੀਕ ਜਵਾਬ ਦੇ ਰਿਹਾ ਔਰ ਤੋ ਕੇ ਜਵਾਬ ਦੇ ਰਿਹਾ, ਤੇ ਫਿਰ ਉਹਨਾਂ ਨੂੰ ਇਸ ਕੰਮ 'ਚ ਨਹੀਂ ਪੈਣਾ ਚਾਹੀਦਾ। ਤੇ ਮੈਂ ਆਜ਼ਮ ਸਦੀਕੀ ਸਾਹਿਬ ਨੂੰ ਪੁਰਾਣੇ ਤਾਲੁਕਾਤ ਦੀ ਬਿਨਾ ਤੇ ਮਸ਼ਵਰਾ ਦਿਆਂਗਾ ਕਿ ਤੁਸੀਂ ਰਿਐਕਸ਼ਨ ਨਾ ਦਿਆ ਕਰੋ। ਇਹਦਾ ਇੰਪੈਕਟ ਸਿੱਧਾ ਬਾਬਰ ਆਜ਼ਮ ਤੇ ਪਏਗਾ, ਬਾਬਰ ਆਜ਼ਮ ਨੂੰ ਉਹਦਾ ਕੰਮ ਕਰਨ ਦਿਓ ਔਰ ਉਹ ਠੀਕ ਠੀਕ ਜਾ ਰਿਹਾ ਤੁਹਾਡੀ ਬੋਲਿੰਗ ਮਸ਼ੀਨ ਅੰਗਰ, ਔਰ ਤੁਹਾਡਾ ਜਿਹੜਾ ਫਨ ਨੇ ਉਹਦੇ ਹੰਗਰ ਉਹ ਠੀਕ ਠੀਕ ਜਾ ਰਿਹਾ, ਲਿਹਾਜ਼ਾ ਤੁਸੀਂ ਇਸ ਕੰਮ ਵਿੱਚ ਨਾ ਪਵੋ, ਅੱਗੇ ਤੁਹਾਡੀ ਮਰਜ਼ੀ। ਜਨਾਬ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਏਗਾ ਕਿ ਬਾਬਰ ਆਜ਼ਮ ਦੇ ਵਾਲਿਦ ਆਜ਼ਮ ਸਦੀਕੀ ਸਾਹਿਬ ਕਿਹੜਾ ਫਨ ਜਾਣਦੇ ਨੇ। ਉਹ ਫਨ ਹਰ ਕਿਸੇ ਨੂੰ ਪਤਾ ਨਹੀਂ ਹੁੰਦਾ। ਮੈਂ ਬੜੇ ਵਸੂਖ ਨਾਲ ਕਹਿ ਸਕਦਾ ਕਿ ਉਹਨਾਂ ਨੂੰ ਆਪਣੇ ਫਨ ਤੇ ਮੁਕੰਮਲ ਅਬੂਰ ਹਾਸਲ ਹੈ, ਇੰਨਾ ਹੀ ਅਬੂਰ ਹਾਸਲ ਹੈ ਜਿੰਨਾ ਬਾਬਰ ਆਜ਼ਮ ਨੂੰ ਬੱਲੇਬਾਜ਼ੀ ਵਿੱਚ ਹੈ। ਇਸ ਫਨ ਤੋਂ ਲੱਖਾਂ ਤੇ ਕਰੋੜਾਂ ਕਮਾ ਸਕਦੇ ਨੇ, ਇਸ ਚੀਜ਼ ਦਾ ਇਜ਼ਹਾਰ ਨਹੀਂ ਕੀਤਾ। ਮੈਂ ਇੱਕ ਵਾਰੀ ਬਾਬਰ ਆਜ਼ਮ ਕੋਲ ਪੁੱਛਿਆ ਜਦੋਂ ਕਪਤਾਨ ਬਣ ਚੁੱਕਿਆ ਸੀ, ਬਾਬਰ ਵਾਲਦ ਸਾਹਿਬ ਕਦੀ ਅਮਰੀਕਾ ਨਜ਼ਰ ਆ ਰਹੇ ਨੇ, ਕਦੀ ਸਵਿਟਜ਼ਰਲੈਂਡ ਨਜ਼ਰ ਆ ਰਹੇ ਨੇ, ਕਦੀ ਕਿੱਥੇ ਨਜ਼ਰ ਆ ਰਹੇ ਨੇ, ਕਿ ਵਾਲਦ ਸਾਹਿਬ ਨੂੰ ਵਰਲਡ ਟੂਰ ਕਰਾਉਣਾ? ਤੇ ਬਾਬਰ ਆਜ਼ਮ ਨੇ ਕਿਹਾ, ਖੂਬ ਜਵਾਬ ਦਿੱਤਾ ਮੈਨੂੰ ਬਾਬਰ ਆਜ਼ਮ ਨੇ, ਕਿਹਾ ਕਿ ਮੈਂ ਕਮਾ ਕਿਹਦੇ ਵਾਸਤੇ ਰਿਹਾ, ਮੈਨੂੰ ਇਸ ਜਗ੍ਹਾ ਤੱਕ ਲਿਆਉਣ ਵਾਲਾ ਕੌਣ ਹੈ? ਮੇਰਾ ਵਸ ਚੱਲੇ ਤੇ ਮੈਂ ਆਪਣੇ ਵਾਲਦ ਨੂੰ ਵਰਲਡ ਟੂਰ ਕੀ, ਦੁਨੀਆ ਦੀ ਹਰ ਨਿਮਤ ਲਿਆ ਕੇ ਉਹਨਾਂ ਦੇ ਪੈਰਾਂ 'ਚ ਰੱਖ ਦਿਆ। ਉਸ ਦਿਨ ਮੈਨੂੰ ਪਤਾ ਚੱਲਿਆ ਕਿ ਬਾਬਰ ਆਜ਼ਮ 'ਚ ਆਦਾਬੇ ਫਰਜ਼ੰਦੀ ਜਿਹੜੇ ਨੇ ਉਹ ਇੰਤਹਾਈ ਉੱਚੇ ਲੈਵਲ 'ਤੇ ਨੇ, ਔਰ ਇਹੀ ਸ਼ੈ ਅੱਜ ਤੱਕ ਬਾਬਰ ਆਜ਼ਮ ਨੂੰ ਇੰਤਹਾਈ ਉੱਚੇ ਨੰਬਰ 'ਤੇ ਰੱਖੀ ਹੋਈ ਹੈ। ਔਰ ਸਾਡੀ ਦੁਆ ਹੈ ਕਿ ਬਾਬਰ ਆਜ਼ਮ ਨੂੰ ਰੱਬ ਹੋਰ ਕਾਮਯਾਬੀਆਂ ਦੇਵੇ, ਹੋਰ ਇੱਜ਼ਤਾਂ ਦੇਵੇ, ਔਰ ਜਿਹੜੇ ਬਾਬਰ ਆਜ਼ਮ 'ਤੇ ਵਾਰ ਕਰਦੇ ਨੇ ਮੁਖਤਲਿਫ ਕਿਸਮ ਦੇ, ਉਹਨਾਂ ਨੂੰ ਵਾਰਨਿੰਗ ਦੇ ਰਿਹਾ ਕਿ ਤੁਹਾਡਾ ਹਰ ਵਾਰ ਖਾਲੀ ਜਾਣਾ ਜੇ, ਕਿਉਂਕਿ ਅੰਕਲ ਆਜ਼ਮ ਸਦੀਕੀ ਹਰ ਵਾਰ ਦਾ, ਐਤਵਾਰ ਦਾ, ਸੋਮਵਾਰ ਦਾ ਤੋੜ ਜਾਣਦੇ ਨੇ। ਅਫਤਾਬ ਅਲਤਾਬੀ ਨੂੰ ਦਿਓ ਇਜਾਜ਼ਤ ਅੱਲਾਹ ਦੇ ਹਵਾਲੇ।